ਪੰਜਾਬੀ ਏਕਤ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਵੱਲੋਂ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੇ ਬਕਾਏ ਦੀ ਇੱਕ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਸਾਂਝੀ ਕੀਤੀ ਹੈ। ਸੀਐਮ ਮਾਨ ਨੇ ਲਿਖੇ ਕਿ ਅਸੀਂ ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੇ ਬਕਾਏ ਦੀ ਇੱਕ ਕਿਸ਼ਤ ਜਾਰੀ ਕਰ ਦਿੱਤੀ ਹੈ। 1 ਜੁਲਾਈ 2015 ਤੋਂ 31 ਦਸੰਬਰ 2015 ਤੱਕ ਦੇ 6% ਦਰ ਨਾਲ ਵਧੇ ਹੋਏ ਮਹਿੰਗਾਈ ਭੱਤੇ ਦੇ ਬਕਾਏ ਦੀ ਬਣਦੀ ਰਾਸ਼ੀ 356 ਕਰੋੜ ਰੁਪਏ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖ ਕੇ ਉਹ ਜੋ ਕਹਿੰਦੇ ਹਨ ਉਹ ਕਰਦੇ ਵੀ ਹਨ। ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੋਹਾਲੀ ਜ਼ਿਲ੍ਹੇ ਦੇ ਮਾਜਰੀ ਬਲਾਕ ਦੇ ਪਿੰਡ ਫਤਿਹਗੜ੍ਹ ਦੀ 176 ਏਕੜ ਪੰਚਾਇਤੀ ਜ਼ਮੀਨ ਨਜਾਇਜ਼ ਕਬਜ਼ੇ ਤੋਂ ਮੁਕਤ ਕਰਵਾਈ ਹੈ। ਇਸ ਜ਼ਮੀਨ ਦੀ ਬਾਜ਼ਾਰੀ ਕੀਮਤ 264 ਕਰੋੜ ਰੁਪਏ ਬਣਦੀ ਹੈ। ਇਸ ਜ਼ਮੀਨ 'ਤੇ 9 ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ। ਉਹਨਾਂ ਨੇ ਕਿਹਾ ਕਿ ਸਰਕਾਰੀ ਪੰਚਾਇਤ ਜ਼ਮੀਨਾਂ 'ਤੇ ਜਿਨ੍ਹਾਂ ਲੋਕਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਉਹ ਹਾਲੇ ਵੀ 31 ਮਈ ਤੱਕ ਖੁਦ ਜ਼ਮੀਨ ਤੋਂ ਆਪਣਾ ਕਬਜ਼ਾ ਛੱਡ ਸਕਦੇ ਹਨ। ਅਜਿਹੇ ਲੋਕਾਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਆਖ ਚੁੱਕੇ ਹਨ ਕਿ ਨਜਾਇਜ਼ ਕਬਜ਼ਿਆਂ ਤੋਂ ਜ਼ਮੀਨਾਂ ਨੂੰ ਮੁਕਤ ਕਰਵਾਉਣ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਜਿਨ੍ਹਾਂ ਰਸੂਖਵਾਨ ਲੋਕਾਂ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਮਹਿੰਗੀਆਂ ਸਰਕਾਰੀ ਜ਼ਮੀਨਾਂ 'ਤੇ ਨਜਾਇਜ਼ ਕਬਜ਼ੇ ਕੀਤੇ ਹਨ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਦੂਜੇ ਪੜਾਅ ਵਿੱਚ ਹੁਣ ਤੱਕ 761 ਏਕੜ ਸਰਕਾਰੀ ਜ਼ਮੀਨ ਕਬਜ਼ਾ ਮੁਕਤ ਕਰਵਾਈ ਜਾ ਚੁੱਕੀ ਹੈ। ਉਹਨਾਂ ਨੇ ਦੱਸਿਆ ਕਿ 10 ਜੂਨ ਤੱਕ 6000 ਏਕੜ ਜ਼ਮੀਨ ਖਾਲੀ ਕਰਵਾਉਣ ਦਾ ਟੀਚਾ ਹੈ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਿਛਲੇ ਸਾਲ ਵੀ 9030 ਏਕੜ ਜ਼ਮੀਨ ਕਬਜ਼ਾ ਮੁਕਤ ਕਰਵਾਈ ਗਈ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਭ੍ਰਿਸ਼ਟਾਚਾਰ ਨੂੰ ਜੜ ਤੋਂ ਮਿਟਾਉਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮਾਰਚ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਫੈਸਲਾ ਲਿਆ ਗਿਆ ਸੀ। ਇਸ ਦੇ ਲਈ ਐਂਟੀ ਕਰਪਸ਼ਨ ਨੰਬਰ ਜਾਰੀ ਕੀਤਾ ਗਿਆ ਸੀ। ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਕੋਈ ਅਫਸਰ ਜਾਂ ਅਧਿਕਾਰੀ ਸਰਕਾਰੀ ਫੀਸ ਤੋਂ ਵੱਧ ਪੈਸੇ ਮੰਗਦਾ ਹੈ ਤਾਂ ਉਸਦੀ ਆਡੀਓ ਜਾਂ ਵੀਡੀਓ ਬਣਾ ਕੇ ਉਸਦੀ ਸ਼ਿਕਾਇਤ ਇਸ ਨੰਬਰ 'ਤੇ ਕੀਤੀ ਜਾ ਸਕਦੀ ਹੈ। ਉਹਨਾਂ ਨੇ ਕਿਹਾ ਕਿ ਇਸ ਨੰਬਰ ਨੂੰ ਜਾਰੀ ਹੋਇਆ 1 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਹੁਣ ਤੱਕ ਵੱਖ ਵੱਖ ਵਿਭਾਗਾਂ ਵਿੱਚੋਂ 300 ਤੋਂ ਵੱਧ ਭ੍ਰਿਸ਼ਟਾਚਾਰੀ ਅਫਸਰਾਂ ਨੂੰ ਜੇਲ੍ਹ ਵਿੱਚ ਪਹੁੰਚਾਇਆ ਗਿਆ ਹੈ ਅਤੇ ਉਹਨਾਂ 'ਤੇ ਕੇਸ ਚੱਲ ਰਹੇ ਹਨ। ਉਹਨਾਂ ਨੇ ਲੋਕਾਂ ਨੂੰ ਐਂਟੀ ਕਰਪਸ਼ਨ ਨੰਬਰ 'ਤੇ ਬਿਨਾਂ ਕਿਸੇ ਡਰ ਦੇ ਭ੍ਰਿਸ਼ਟਾਚਾਰੀਆਂ ਖਿਲਾਫ਼ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦਾ ਨਤੀਜਾ 92.47% ਰਿਹਾ ਹੈ। ਜਾਰੀ ਨਤੀਜੇ ਅਨੁਸਾਰ 3637 ਵਿਦਿਆਰਥੀ ਫੇਲ ਹੋ ਗਏ ਹਨ ਜਦਕਿ 18569 ਵਿਦਿਆਰਥੀਆਂ ਨੂੰ ਕੰਪਾਰਟਮੈਂਟ ਮਿਲੀ ਹੈ। ਇਸ ਵਾਰ ਲੜਕੀਆਂ ਦੀ ਪਾਸ ਪ੍ਰਤੀਸ਼ਤਾ 95.47% ਹੈ ਜਦਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਾ 90.14% ਹੈ। ਸਾਇੰਸ ਸਟਰੀਮ ਵਿੱਚ ਸਭ ਤੋਂ ਵੱਧ ਵਿਦਿਆਰਥੀ ਪਾਸ ਹੋਏ ਹਨ ਜਿਨ੍ਹਾਂ ਦੀ ਪਾਸ ਪ੍ਰਤੀਸ਼ਤਾ 98.68% ਰਹੀ ਹੈ। ਹਾਸਲ ਜਾਣਕਾਰੀ ਮੁਤਾਬਿਕ ਸੁਜਾਨ ਕੌਰ 100% ਅੰਕ ਲੈ ਕੇ ਅਵਲ ਰਹੀ ਹੈ ਜੋ ਮਾਨਸਾ ਦੇ ਪ੍ਰਾਈਵੇਟ ਸਕੂਲ ਦੀ, ਬਠਿੰਡੇ ਦੀ ਸ਼ਰਿਆ ਸਿੰਗਲਾ 99.60% ਅੰਕ ਲੈ ਕੇ ਦੂਜੇ ਨੰਬਰ 'ਤੇ ਰਹੀ ਹੈ ਜਦਕਿ ਲੁਧਿਆਣੇ ਦੀ ਨਵਪ੍ਰੀਤ ਕੌਰ ਨੇ 99.40% ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਫਾਜ਼ਿਲਕਾ ਦੇ ਵਿਧਾਨ ਸਭਾ ਹਲਕਾ ਅਬੋਹਰ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਕਹਿ ਰਹੇ ਹਨ ਕਿ ਉਹ ਬਾਦਲ ਪਰਿਵਾਰ ਨਾਲ ਇਹ ਕਰ ਦੇਣਗੇ, ਉਹ ਕਰ ਦੇਣਗੇ, ਜੇਕਰ ਹਿੰਮਤ ਹੈ ਤਾਂ ਬੰਦ ਕਰਕੇ ਦਿਖਾਉਣ। ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਤਾਂ ਸਰਕਾਰ ਵਿੱਚ ਵੀ ਨਹੀਂ, ਜੇ ਹਿੰਮਤ ਹੈ ਤਾਂ ਬੰਦ ਕਰੋ। ਬਾਦਲ ਪਰਿਵਾਰ ਦਾ ਜੋ ਬੰਦ ਕਰਨਾ ਚਾਹੁੰਦੇ ਸਨ। ਸੁਖਬੀਰ ਬਾਦਲ ਨੇ ਕਿਹਾ ਕਿ ਜੇ ਅਸੀਂ ਕੁਝ ਗਲਤ ਕੀਤਾ ਹੋਵੇ ਤਾਂ ਅਸੀਂ ਡਰੀਏ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਮੇਰੀ ਖੁੱਲ੍ਹੀ ਚੁਣੌਤੀ ਹੈ, ਹਰ ਰੋਜ਼ ਫੋਕੀਆਂ ਬੜਕਾਂ ਮਾਰਦੇ ਹਨ ਆਪਣੀ ਕਮਜ਼ੋਰੀ ਛਡਾਉਣ ਲਈ, ਇਹ ਲੋਕਾਂ ਦੀ ਡਾਇਰੈਕਸ਼ਨ ਚੇਂਜ ਕਰਦੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਰਾਜਸਥਾਨ ਨੂੰ ਦੇਣ ਦੀ ਗੱਲ ਕੀਤੀ ਹੈ। ਇਸ ਦੇ ਵਿਰੋਧ ਵਿੱਚ ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਅਬੋਹਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਰਾਜਸਥਾਨ ਵਿੱਚ ਚੋਣਾਂ ਆ ਰਹੀਆਂ ਹਨ, ਇਸ ਲਈ ਸੀਐਮ ਭਗਵੰਤ ਮਾਨ ਨੇ ਪਾਣੀ ਦੇਣ ਦੀ ਗੱਲ ਕੀਤੀ ਹੈ। ਆਮ ਆਦਮੀ ਪਾਰਟੀ ਪੰਜਾਬ ਨੇ ਰਾਜਸਥਾਨ ਨੂੰ ਪਾਣੀ ਦੇਣ ਦੇ ਮੁੱਦੇ 'ਤੇ ਖੰਡਨ ਕੀਤਾ ਹੈ। ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਰਾਜਸਥਾਨ ਨੂੰ ਪਾਣੀ ਦੇਣ ਦੇ ਮੁੱਦੇ 'ਤੇ ਝੂਠ ਬੋਲ ਰਹੇ ਹਨ। ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਰਾਜਸਥਾਨ ਨੂੰ ਪਾਣੀ ਦੀ ਇੱਕ ਵਾਧੂ ਬੂੰਦ ਵੀ ਨਹੀਂ ਦੇਣ ਜਾ ਰਹੀ। ਉਹਨਾਂ ਨੇ ਸੁਖਬੀਰ ਬਾਦਲ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਜਾਣਬੁੱਝ ਕੇ ਝੂਠ ਫੈਲਾ ਰਹੇ ਹਨ, ਪਰ ਹੁਣ ਪੰਜਾਬ ਦੇ ਲੋਕ ਇਹਨਾਂ ਝੂਠਾਂ ਤੋਂ ਗੁੰਮਰਾਹ ਹੋਣ ਵਾਲੇ ਨਹੀਂ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਪਾਣੀ ਦੀ ਪਹਿਲਾਂ ਹੀ ਕਮੀ ਹੈ, ਇਸ ਲਈ ਵਾਧੂ ਪਾਣੀ ਹੋਰ ਸੂਬਿਆਂ ਨੂੰ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹਨਾਂ ਨੇ ਕਿਹਾ ਕਿ ਪਿਛਲੇ 60-70 ਸਾਲਾਂ ਤੋਂ ਰਾਜਸਥਾਨ ਨੂੰ ਜਿੰਨਾ ਪਾਣੀ ਜਾ ਰਿਹਾ ਹੈ ਉਸ ਤੋਂ ਵੱਧ ਪਾਣੀ ਦੇਣ ਦੀ ਕਦੇ ਕੋਈ ਗੱਲ ਨਹੀਂ ਹੋਈ ਅਤੇ ਰਾਜਸਥਾਨ ਨੂੰ ਇਸ ਤੋਂ ਇੱਕ ਬੂੰਦ ਵੀ ਵੱਧ ਪਾਣੀ ਨਹੀਂ ਮਿਲੇਗਾ। ਫਰੀਦਕੋਟ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਪਿਛਲੇ ਦਿਨੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਅਦਾਲਤ ਨੇ ਅੱਜ 14 ਦਿਨ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਹੈ। ਦੱਸ ਦੇ ਕਿ ਸਾਬਕਾ ਵਿਧਾਇਕ ਦਾ 2 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਤੋਂ ਫਰੀਦਕੋਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੇ ਮਾਣਯੋਗ ਅਦਾਲਤ ਨੇ ਉਹਨਾਂ ਨੂੰ 14 ਦਿਨ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।
ਕੀਤਾ ਹੈ। ਇਸ ਮੌਕੇ ਗੱਲ ਕਰਦੇ ਹਾਂ ਸਾਬਕਾ ਵਿਧਾਇਕ ਕਿੱਕੀ ਢਿੱਲੋਂ ਨੇ ਕਿਹਾ ਕਿ ਉਹਨਾਂ ਨੂੰ ਮਾਣਯੋਗ ਅਦਾਲਤ ਤੇ ਪੂਰਾ ਭਰੋਸਾ ਹੈ। ਪੰਜਾਬ ਤੇ ਹਰਿਆਣਾ ਵਿੱਚ ਬੀਤੇ ਦਿਨੀ ਗਰਮੀ ਤੇ ਹੁੰਮਸ ਕਾਰਨ ਲੋਕ ਪਰੇਸ਼ਾਨ ਰਹੇ ਹਨ। ਪੰਜਾਬ ਦਾ ਫਰੀਦਕੋਟ 44.1 ਡਿਗਰੀ ਨਾਲ ਸਭ ਤੋਂ ਗਰਮ ਰਿਹਾ ਹੈ ਤੇ ਮੀਡੀਆ ਰਿਪੋਰਟਾਂ ਦੀ ਮੰਨੀ ਤਾਂ ਮੌਸਮ ਵਿਭਾਗ ਨੇ ਪੰਜਾਬ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਪੂਰੇ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੀਂਹ ਦੇ ਨਾਲ 50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਮੌਸਮ ਵਿਗਿਆਨੀਆਂ ਮੁਤਾਬਕ ਮੌਸਮ ਵਿੱਚ ਇਹ ਬਦਲਾਅ ਪੱਛਮੀ ਬਦਲਾਅ ਦੇ ਕਾਰਨ ਵੀ ਹੈ। ਉੱਤਰੀ ਭਾਰਤ ਵਿੱਚ ਗਰਮੀ ਵਧਣ ਤੋਂ ਬਾਅਦ ਹਵਾ ਦਾ ਦਬਾਅ ਵੱਧ ਰਿਹਾ, ਜਿਸ ਕਾਰਨ ਪੱਛਮੀ ਬਦਲਾਅ ਕਾਰਨ ਪੂਰੇ ਪੰਜਾਬ 'ਚ ਬੱਦਲ ਛਾਏ ਰਹਿਣਗੇ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਮੀਂਹ ਕਾਰਨ ਮੌਸਮ ਵੀ ਸੁਹਾਵਣਾ ਹੋ ਜਾਵੇਗਾ। ਕੱਲ੍ਹ ਵੀ ਪੰਜਾਬ ਵਿੱਚ ਪਟਿਆਲਾ ਵਿੱਚ ਹਲਕੀ ਬਾਰਿਸ਼ ਹੋਈ ਹੈ। ਉੱਥੇ ਹੀ ਕਈ ਥਾਵਾਂ 'ਤੇ ਬੱਦਲ ਛਾਏ ਰਹੇ ਹਨ। ਮੋਹਾਲੀ ਜ਼ਿਲ੍ਹੇ ਦੇ ਫਤਿਹਗੜ੍ਹ ਪਿੰਡ ਦੇ ਵਿੱਚ ਖੜੇ ਹਾਂ। ਇਹ ਪਿੰਡ ਜਿਹੜਾ ਅੰਬਾਲੇ ਤੋਂ ਰੋਪੜ ਵਾਇਆ ਕੁਰਾਲੀ ਜਿਹੜੀ ਸੜਕ ਆ ਰਹੀ ਉਹਦੇ ਕੰਢੇ ਤੇ ਇਹ ਜਿਹੜੀ ਸਾਡੀ ਜ਼ਮੀਨ ਹੈ, ਇਹ ਸਾਡੀ ਗ੍ਰਾਮ ਪੰਚਾਇਤ ਦੀ 176 ਏਕੜ ਜ਼ਮੀਨ ਸੀਗੀ। ਇਹ ਕਰੀਬ ਜ਼ਮੀਨ ਜਿਹੜੀ ਆ ਇਹ ਜਿਹੜਾ ਇਹਦਾ ਮਾਰਕੀਟ ਰੇਟ ਹੈ ਉਸ ਸਮੇਂ ਲੋਕ 1.5 ਤੋਂ 2 ਕਰੋੜ ਮਤਲਬ ਜਿਹੜਾ ਇੱਥੇ ਮੁੱਲ ਹੈ ਜ਼ਮੀਨ ਦਾ, ਤੇ 176 ਕਿੱਲੇ ਤੁਸੀਂ ਆਪ ਕੈਲਕੂਲੇਟ ਕਰ ਲਓ ਕਿ ਮਤਲਬ ਕਰੀਬ 450 ਕਰੋੜ ਦੀ ਸਾਡੀ ਜ਼ਮੀਨ ਆ। ਨਾ ਤਾਂ ਚੀਫ ਮਿਨਿਸਟਰ ਨੇ ਕਦੇ ਆਪਣੇ ਘਰ ਖੜਨੀ ਆ, ਨਾ ਅਸੀਂ ਖੜਨੀ। ਪਹਿਲੇ ਮੰਤਰੀ, ਪਹਿਲੇ ਲੋਕ ਜਿਹੜੇ ਇੱਥੇ ਸਿਆਸਤ ਕਰਦੇ ਰਹੇ, ਰਾਜ ਕਰਦੇ ਰਹੇ, ਉਹਨਾਂ ਦੇ ਰਾਜ 'ਚ ਜ਼ਮੀਨਾਂ ਦੱਬੀਆਂ ਜਾਂਦੀਆਂ ਸੀ। ਮੋਹਾਲੀ ਦੇ ਵਿੱਚ ਖੜਾ, ਪਰ ਮੋਹਾਲੀ ਦਾ ਬਹੁਤ ਹੀ ਮਹਿੰਗਾ ਏਰੀਆ ਜਿੱਥੇ ਮੈਂ ਖੜਾ, ਬਹੁਤ ਵੱਡਾ ਹਾਈਵੇ ਬਣ ਰਿਹਾ ਜਿਹਦੇ ਕੰਢੇ ਤੇ ਖੜਾ। ਸੋ ਆਪਾਂ ਉੱਥੇ ਆ ਗਏ ਔਰ ਇੱਕ ਜਿਹੜਾ ਇਹ ਰੋਡ ਜਿਹੜੀ ਇੱਕ ਕੁਰਾਲੀ ਸ਼ਿਸ਼ਵਾ ਫਾਰਮ ਜਿਹੜੀ ਉੱਥੇ ਪਿੰਡ ਹੈ, ਜਿਹੜੀ ਕੁਰਾਲੀ ਤੋਂ ਜਾਂਦੀ ਹੈ ਟੂਲ ਪਲਾਜੇ ਦੇ ਨਾਲ, ਉਹਦੇ ਉੱਤੇ ਪਿੰਡ ਹੈ। ਸੋ ਇਹ ਬੜਾ ਮਹਿੰਗਾ ਏਰੀਆ, ਆਪਾਂ ਮੋਹਾਲੀ ਦੇ ਵਿੱਚ ਆ ਗਏ ਔਰ ਮੋਹਾਲੀ ਦੇ ਵਿੱਚ ਜਿੰਨਾ ਹੋਰ ਨਾ ਭਰਾਵਾਂ ਕੋਲ ਵੀ ਜ਼ਮੀਨ ਹੈ ਉਹ ਸਾਰੇ ਬੇਨਤੀ ਕੇ ਛੱਡ ਦਿਓ। ਸਾਡਾ ਟਾਸਕ ਜਿਹੜਾ ਮਾਨ ਸਾਹਿਬ ਦਾ ਜ਼ਮੀਨਾਂ ਛਡਾਉਣ ਦਾ, ਉਹ ਜ਼ਮੀਨਾਂ ਛਡਾ ਰਹੇ ਹਾਂ ਔਰ ਅਸੀਂ ਪਹਿਲਾਂ ਵੀ ਪਿਛਲੇ 4-5 ਦਿਨ 'ਚ ਪਹਿਲਾਂ 500 ਏਕੜ ਦੇ ਕਰੀਬ ਛਡਾਈ। ਸੋ ਅੱਜ 176 ਏਕੜ ਛੁੱਟ ਗਈ ਹੈ। ਮਹਾਰਾਜ ਕਿਰਪਾ ਕਰੂਗਾ, ਸਾਡਾ ਟੀਚਾ ਕਿ 6,000 ਏਕੜ ਆ ਜੂਨ ਦੇ ਵਿੱਚ ਅਸੀਂ ਝੋਨਾ ਲਾਉਣ ਤੋਂ ਪਹਿਲਾਂ ਛਡਾ ਲੈਣੀ ਹੈ। ਨਾ ਜਾਵਾਂਗੇ, ਕਿਉਂ ਨੀ ਜਾਵਾਂਗੇ, ਜਿੱਥੇ ਵੀ ਕਿਤੇ ਸੀ ਪਹਾੜਾਂ ਨੂੰ ਐਂ ਨੂੰ ਦਰਿਆਵਾਂ ਨੂੰ ਜਾਵਾਂਗੇ, ਜਿੱਥੇ ਕਿਤੇ ਕਿਸੇ ਨੇ ਕਬਜ਼ਾ ਕੀਤਾ, ਜਿੱਥੇ ਕਿਤੇ ਸਾਡੀ ਸਰਕਾਰੀ ਜ਼ਮੀਨ ਤੇ ਗ੍ਰਾਮ ਪੰਚਾਇਤ ਦੀ ਜ਼ਮੀਨ ਦੇ ਉੱਤੇ ਲੋਕਾਂ ਨੇ ਕਬਜ਼ਾ ਕੀਤਾ, ਅਸੀਂ ਹਰ ਪਾਸੇ ਬਿਲਕੁਲ ਹੋਰ ਪਿੰਡਾਂ ਨੂੰ ਵੀ ਅਪੀਲ ਆ ਕੇ ਜਿੱਥੇ ਵਾਈ ਯੋਗ ਜ਼ਮੀਨ ਹੈ ਪਿੰਡ ਵਾਲਿਆਂ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਅਸੀਂ ਜਾਇਜ਼ ਠੇਕੇ ਦੇ ਉੱਤੇ ਦੇ ਰਹੇ ਹਾਂ। ਉਹ ਕੋਈ ਉਹਨਾਂ ਨੂੰ ਲੜਨ ਦੀ ਲੋੜ ਨਹੀਂ, ਬਸ ਉਹ ਕਾਨੂੰਨ ਦੀ ਪ੍ਰਕਿਰਿਆ ਪੂਰੀ ਕਰ ਲੈ, ਉਹਨਾਂ ਨੂੰ ਛੱਡ ਕੇ ਉਹਨਾਂ ਨੂੰ ਦੇ ਰਹੇ, ਅਸੀਂ ਕਿਉਂ ਕਿਸੇ ਨੂੰ ਦੇਣੀ। ਪੰਜਾਬ ਤੇ ਪੰਜਾਬ ਦੀਆਂ ਧੀਆਂ ਦਾ ਬਹੁਤ ਵੱਡਾ ਰੋਲ ਹੈ, ਮੈਂ ਇਹਨਾਂ ਦੇ ਬਹੁਤ ਇਹਨਾਂ ਦਾ ਮਤਲਬ ਜਿਹੜਾ ਸਤਿਕਾਰ ਕਰਦਾ ਔਰ ਸੀਐਮ ਸਾਹਿਬ ਨੂੰ ਮਿਲਾਵਾਂਗਾ ਵੀ ਇਹਨਾਂ ਨੂੰ। ਹਾਂਜੀ ਬਿਲਕੁਲ। ਔਰ ਇਸ ਪਿੰਡ ਨੂੰ ਸਰਪੰਚ ਜੀ ਜੋ ਤੁਸੀਂ ਆਪਣੇ ਪਿੰਡ ਲਈ ਚਾਹੋਗੇ, ਪਿੰਡ ਦੇ ਵਿਕਾਸ ਵਾਸਤੇ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਤੁਸੀਂ ਮੈਨੂੰ ਦੱਸ ਦੇਣੀ ਆ, ਤੁਹਾਡੇ ਪਿੰਡ ਦਾ ਵਿਕਾਸ ਵੀ ਇਹ ਬਣਦਾ, ਠੀਕ ਹੈ ਜੀ। ਹਾਂ, ਇਸ ਪਿੰਡ ਦਾ ਫਤਿਹਗੜ੍ਹ ਪਿੰਡ ਦਾ ਵਿਕਾਸ ਜਿਹੜਾ ਉਹ ਪਹਿਲ ਦੇ ਆਧਾਰ ਤੇ ਕਰਾਂਗੇ। ਜੋ ਮੋਹਾਲੀ ਦੇ ਵਿੱਚ ਵੀ, ਇਸ ਏਰੀਆ ਦੇ ਵਿੱਚ ਵੀ, ਚੰਦਪੁਰ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਜ਼ਮੀਨਾਂ ਦਾ ਹੁਣ ਕੀ ਕੀਤਾ ਜਾ ਰਿਹਾ ਕਿ ਉਹਨਾਂ ਕੰਪਨੀਆਂ ਨੂੰ ਹਟਾਇਆ ਜਾਵੇਗਾ ਕਿ ਨਹੀਂ? ਨਹੀਂ, ਜਿਹੜੇ ਪਹਿਲੀ ਜੇਤ ਲਈਆਂ ਸੀ। ਹਾਂਜੀ, ਦੇਖੋ ਅਸੀਂ ਲੀ ਤੇ ਜੋ ਜ਼ਮੀਨ ਦੇਣੇ 33 ਸਾਲ, ਹਾਂਜੀ, ਉਹਦਾ ਪਲਪਾ ਹੀ ਲਿਖਦੇ ਉੱਤੇ, ਠੀਕ ਹੈ ਜੀ। ਜੇ ਤਾਂ ਉਸ ਪਲਪਲ ਲਈ ਉਹ ਯੂਜ਼ ਹੋ ਰਹੀਆਂ ਫਿਰ ਤਾਂ ਕੋਈ ਗੱਲ ਨਹੀਂ। ਹਾਂਜੀ, ਜੇ ਲਈ ਖੇਤੀ ਕਰ ਲਈ ਹੈ, ਹਾਂਜੀ, ਲਈ ਸਕੂਲ ਬਣਾਉਣ ਲਈ ਹੈ, ਉੱਥੇ ਇੰਡਸਟਰੀ ਬਣਾਤੀ ਹੈ, ਉਸ ਸਾਥ ਉਹਨਾਂ ਦੇ ਖਿਲਾਫ਼ ਕਾਰਵਾਈ ਕਰਾਂਗੇ, ਉਹ ਵੀ ਅਸੀਂ ਦੇਖ। ਠੀਕ ਹੈ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਸਾਥੀਓ, ਮਾਰਚ 2022 ਦੇ ਵਿੱਚ ਜਦੋਂ ਆਮ ਲੋਕਾਂ ਦੀ ਸਰਕਾਰ ਬਣੀ, ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਤਾਂ ਅਸੀਂ ਆਉਂਦੇ ਹੀ ਫੈਸਲਾ ਕੀਤਾ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ। ਉਹਦੇ ਲਈ ਅਸੀਂ ਪਹਿਲਾ ਕਦਮ ਚੁੱਕਿਆ ਕਿ ਭ੍ਰਿਸ਼ਟਾਚਾਰ ਵਿਰੁੱਧ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਲੋਕਾਂ ਲਈ ਕਿ ਜੇ ਤੁਹਾਡੇ ਤੋਂ ਕੋਈ ਅਫਸਰ, ਕੋਈ ਮੁਲਾਜ਼ਮ ਸਰਕਾਰੀ ਦਫ਼ਤਰਾਂ ਦੇ ਵਿੱਚ ਕਿਸੇ ਕੋਈ ਕੰਮ ਕਰਾਉਣ ਦੇ ਸਰਕਾਰ ਦੀ ਫੀਸ ਤੋਂ ਅਲੱਗ ਪੈਸੇ ਮੰਗਦਾ, ਵੱਧ ਪੈਸੇ ਮੰਗਦਾ, ਤਾਂ ਉਹਦੀ ਆਡੀਓ ਜਾਂ ਉਹਦੀ ਵੀਡੀਓ ਬਣਾ ਕੇ ਜਾਂ ਉਹਦੀ ਵੈਸੇ ਸ਼ਿਕਾਇਤ ਜਿਹੜੀ ਹੈ ਤੁਸੀਂ ਉਸ ਨੰਬਰ 'ਤੇ ਕਰ ਸਕਦੇ। ਸਾਲ ਹੋ ਗਿਆ ਅੱਜ ਇਸ ਹੈਲਪਲਾਈਨ ਨੂੰ ਜਾਰੀ ਕੀਤੇ ਹਨ। 300 ਤੋਂ ਵੱਧ ਵੱਖ ਵੱਖ ਮਹਿਕਮਿਆਂ ਦੇ ਜਿਹੜੇ ਭ੍ਰਿਸ਼ਟਾਚਾਰੀ ਜਿਨ੍ਹਾਂ ਦੀ ਸ਼ਿਕਾਇਤ ਆਈ ਸੀ ਉਹ ਅੱਜ ਜੇਲ੍ਹ ਦੇ ਵਿੱਚ ਨੇ,
केस चल रहे ने। आम आदमी पार्टी एंटी करप्शन मूवमेंट चो निकली है, भ्रिष्टाचार विरोधी मुहिम चो निकली है। तो मैं फिर तुहानू कहना कि भ्रिष्टाचार विरोधी जिहड़ा फोन नंबर है, हैल्पलाइन नंबर है, वो तुहाडी स्क्रीन पर आ रहा है, तो तुसी उस नंबर पर कॉल करो। कोई डर जा भय जा कोई अपने मन दे विच शंका शिकवा नहीं रखना, असी कार्रवाई करांगे। असी चाहते हाँ कि पंजाब जिहड़ा वो भ्रिष्टाचार मुक्त होवे, ते लोकां दीआं खज्जल खुआरियां बचण, ते लोकां दे खून पसीने की कमाई का एक एक पैसा जिहड़ा उहनू बचाउणा ते उहनू लोकां दे कम्मां ते लाउणा, ये साडी सरकार दा वादा भी है ते गरंटी भी है। सो मैं एक बारी फिर तुहानू याद करवाउणा कि एक साल पहलां हैल्पलाइन नंबर जारी कीती सी एंटी करप्शन मूवमेंट की, उही नंबर जिहड़ा वो चल रहा है। 300 तो वध लोकां नू असीं भ्रिष्टाचार विरोधी एक्ट लगा के ते उन अंदर कर चुके हैं, केस चल रहे ने। जदों भी तुसी कोई वीडियो भेजोगे या कोई आडियो भेजोगे या कोई, तो साढ़े कोले डिटेल आ जाती है, तो असी तुरंत वो एक्शन उस अधिकारी ते जा उस अफसर ते जा उस मुलाजम ते लैने आ, ताकि पंजाब दे दफ्तर जिहड़े ने, पंजाब दे सरकारी दफ्तर जा जिथे भी तुहानू सामना करना पैंदा करप्शन दा, वो खज्जल खुआरी जिहड़ी है वो रुक सके। ये आम आदमी पार्टी भ्रिष्टाचार विरोधी लहर दे विचों निकली हुई है, तो असी पंजाब नूं भी भ्रिष्टाचार मुक्त करना है, ये साडा वादा भी है गरंटी भी है। इनकलाब जिंदाबाद। जिहड़ा आउंदा है बादल परिवार ते का करदे बादल करोंगे, ये साडी ते सरकार च भी नहीं है, आ बंद कर दिओ उहनां दा, आ बंद कर दिओ। मैं कहिंदा हिम्मत है ते बंद करो फिर, ना इन्हां तों बंद हुंदा करो बंद। मैं तो ओपन चैलेंज करदा है, वो अपनियां कमजोरियां लुकाउण वास्ते ना डायरेक्शन चेंज करदे, लोकी इस तरफ लग जांदे। इन्हां दे एमएलए दा करैक्टर देख लो, आ थोड़े होर वाले ने जो करतूतां कीतियां थोड़े सामने, सारे जलालाबाद वाले दे बाप ने जो करतूतां कीतियां सामने, जलालाबाद दा एमएलए जो करदा करतूतां सामने आ, इन्हां दा जिहड़ा मंत्री मेरा मतलब है मैं सोचता हूं कि पंजाबियों पता नहीं की हो गया, आप हले समझ ही नहीं रहे कि अपने किड़े है ते पराए किड़े है। अपने ही सोच सकते हैं, अपने ही लड़ाई लड़ सकते हैं, आम आदमी पार्टी का कोई लगा थोड़े नाल नहीं। केजरीवाल फैसला करता है खूना की है, आप भगवंत मान मुख्यमंत्री कहने हो है ही नहीं, आ तक कंडक्टर है केजरीवाल का, जिथे तुसी अखबार पढ़ लो। अज वेस्ट बंगाल मैं फोटो देखी किवें गया, पंजाब सरकार का जहाज इनू नाल बिठा लिया, ते जहाज ते जहाज किहड़ा लिता इन्होंने जिहड़ा वड्डा पंजाब तो सीधा अमरीका जा सकदा, एडा वड्डा जहाज दिता 10 लाख रुपये घंटे की उहदी खर्चा है, क्योंकि केजरीवाल कोल तो साधन है नहीं, टैलीफोन करता ना पुलिस दिल्ली केजरीवाल थले है, पंजाब की पुलिस पहले जाऊगी वेस्ट बंगाल, जहाज अपना पंजाब का जाऊगा, होटल पंजाब सरकार बुक करूगी, सारा कुछ कितने तुम हम बंगलौर देख लो, हूँ राजस्थान का इलेक्शन है, सारा पंजाब का जहाज इलेक्शन लगेगा उत्थे, क्योंकि उन्होंने एक सूबा मिल गया, पैसे इतों खिंची चलो। देखो सुखबीर सिंह बादल पूरी तरह गुमराह कून झूठो झूठा प्रोपेगेंडा करके पंजाब सरकार को बदनाम करने की कोशिश कर रहा है। मान साहब की सरकार राजस्थान नू एक बूंद भी पानी देने नू तैयार नहीं है, जिहड़ा पिछले 60-70 साल तो पानी ऑलरेडी राजस्थान नू जा रहा, उस तो अलावा असी एक बूंद भी पानी जिहड़ा आ ना साडे को हैगा ना देने नू तैयार है। दूजी गल असी तो जिहड़े साडे एरिए जिथे डार्क जोन च आ गए आ, जिथे ग्राउंड वाटर इन्ना मतलब नीचे चला गया, जिथे पिछलियां सरकारां ने कोई ध्यान नहीं दिता, उस एरिए च नहरी पानी पहुंचा रहा, और इस बार देखिया बहुत सारे उस एरिया लोगों ने वीडियो पा के दसिया है जिथे कई कई साल तो 30-30 साल तो नहरी पानी नहीं गया। सो मान साहब की सरकार
पूरी कमिटेड है कि नहरी पानी पंजाब के हरेक खेत्र च हरेक जिहड़ा टेर एरिया उत्थे तक पहुँचाउणा और ग्राउंड वाटर जिहड़ा उहदी वरतों घट तो घट होवे। सो सुखबीर सिंह बादल इस तरह के झूठे प्रोपेगेंडे नाल बेबुनियाद आरोप ला के या झूठे धरने ला के पोलिटिकल रिवाइव नहीं कर सकते। ये वो लोग हैं जिन्होंने अपनियां दोस्तियां निभाउण लई हरियाणा तो और बाकी सूबियां तो पैसे भी लै करोड़ां दे चैक लै और पानी पंजाब दा दित्ता। सो मान साहब की सरकार ते पंजाब दे रिसोर्स जिहड़े आ उन्हां नूं प्रोटेक्ट करन च लगी हुई है और असी पहल दे आधार ते पंजाब दा हरेक एक एक बूद पानी जिहड़ा आ ऑलरेडी जिहड़ा पंजाब डार्क जोन च है उत्थों उहदी वरतों करके पंजाब दी किसानी नूं बचाउणा उहदे लई असी कम कर। चौकीदार की ड्यूटी क्या होती है? चौकीदार की ड्यूटी होती है कि गांव शांति से सो और चोरी ना हो। अगर कहीं चोरी होती है तो वो मुताद करता है गांव को, विसल लगाता है कि सभी होशियार हो जाओ, चोर गांव में आ गए। तो ये जो जमात आई है, हम पार्टी को मुताद कर रहे हैं, बच कर रहिए, ये भेड़िए हैं और ये आपका नुकसान करेंगे। आज इनको बाहर रखेंगे तो अपोजिशन यूनिटी भी हो पाएगी, मे बी कुछ कम लिमिटेड हो, एक दो स्टेट छोड़कर सारे हिंदुस्तान में हो सकती है। इनका एजेंडा ये एक सिक्के के दो पहलू, ये बेसिकली बी टीम है बीजेपी की। आप क्यों चाहते हो ऐसी टीम को लेकर जाना साथ में? आपकी हर बात, आपके हर डायलॉग, कहां कहां आपकी ऑपोजिशन की क्या क्या बात हो रही है, सारी सैबोटाज होगी और लास्ट में जाकर आप फिर देखोगे कि यार ये इसने क्या कर दिया। तो अब पास्ट रिकॉर्ड जो बोल रहे हैं, हमने पार्टी को गुजारिश की है अगर कोई आपने कोई फैसला लेना है पहले अपनी स्टेट यूनिट्स पंजाब, दिल्ली, गुजरात, गोवा, उत्तराखंड, कर्नाटका, सभी से बात कीजिए, हिमाचल प्रदेश, उनको पूछिए क्या इन्होंने कोई कसर छोड़ी है कांग्रेस का नुकसान करने में, बीजेपी का फायदा करने में। जहां जब आप सबसे बड़ा मैं केस प्रधानमंत्री जी का देता हूं, 42% लगातार कांग्रेस के पास वोट थी जो बीजेपी के खिलाफ थी, ठीक है 50 उनके पास थी, 42 हमारे पास, मगर पहली दफा अरविंद केजरीवाल गया 29 हमारे पास रहेगी, 15 ये ले गया और 3/4 मेजोरिटी, इतनी बड़ी मेजोरिटी बीजेपी को नरेंद्र मोदी जी के टाइम पर भी नहीं थी जब वो चीफ मिनिस्टर थे गुजरात। तो ये बात तो क्लियर है, कंप्लीटली टेस्टेड अंडरस्टैंडिंग के साथ ये गेम खेल रहे हैं। और जहां तक ये दिल्ली का सवाल, ये डॉक्टर अम्बेडकर साहब की जो विजन है उनकी भी ये विजन थी कि नेशनल कैपिटल जो है इधर 37,000 करोड़ रुपया सेंट्रल गवर्नमेंट दे। उन्होंने भी शुरू से 1991 तक तकरीबन 50-55 साल लगातार देश की आज़ादी के बाद भी इधर चीफ कमिश्नर हुआ करते थे। नरसिम्हा राव जी के टाइम पर फिर उन्होंने अपग्रेड किया, इधर लेफ्टिनेंट गवर्नर ले आए और वहाँ भी क्लियर कट इंस्ट्रक्शंस हैं कि लोकल एडमिनिस्ट्रेशन तक ये सारा काम नहीं हम छोड़ सकते, यहाँ एम्बेसीज हैं, यहाँ राष्ट्रपति जी रहते हैं, यहाँ उपराष्ट्रपति जी रहते हैं, इधर स्पीकर से लेकर प्रधानमंत्री जी, सारी कैबिनेट इधर रहती है, एम्बेसीज में एम्बेसडर्स, हाई कमिश्नर्स इधर रहते हैं। हाउ कैन यू लीव द एडमिनिस्ट्रेशन ऑफ द नेशनल कैपिटल टू समबडी एल्स? वॉशिंगटन में भी ऐसे जो नेशनल गवर्नमेंट है उनके पास है राइट उस नेशनल कैपिटल को प्रोटेक्ट करने का, उसका सारा काम देखने का। सेम ही कैनबरा में, ऑस्ट्रेलिया में, सेम ही बहुत सारे वेस्टर्न वर्ल्ड में। तो इसीलिए हमें जो डॉक्टर अम्बेडकर साहब, सरदार पटेल, पंडित जवाहरलाल नेहरू जी, लाल बहादुर शास्त्री जी, नरसिम्हा राव जी ने जो देखो, इवन 15 साल जब शीला दीक्षित जी हमारी चीफ मिनिस्टर थी वो भी चाहती थी हमें पास दी जाए, मगर बिकॉज सभी समझते थे इस बात को कि नेशनल कैपिटल है, पावर्स नहीं पूरी दी जा सकती। तो इसीलिए हमें इसके ट्रैप में नहीं फॉल